वो ब्याह नहीं सी करवाउंदी किस वास्ते? ओनू किसे दरवेश ने कहता जो तेरी शादी होनी है उदो तू मर जाना, यह गल जे दसी भी किसे नू तां वी तेरी मौत आ जाणी। जान तो देख लो बहुत प्यारी होंदी आ, तीआं जदों जवान होंदियां मापिआं दे सिर च खाज लग जाती हो ते बादशाह लड़की नू भी पता लग गया भी मेरा कितें रिश्ता करने नू फिरदा। कहिंदी अब्बा मैं शादी नहीं करवाउणी, अब्बा मैं शादी नहीं करवाउणी। वो विचली गल ना दसे भई आह मैनू किसे दरवेश ने गल दसी आ। वह कह लगा पुत्री तियां मापिया के घर च नहीं समाउंदियां, लड़की भी मजबूर ते बादशाह भी मजबूर। उस उन्हें जनाब जो बादशाह भी मजबूर हो गया, लड़की कहती बादशाह मेरी गल सुन ला, अब्बा जान मेरी गल सुन ला, मैं शादी उस बंदे ना करवानी आ जिहड़ा मेरी मर्जी दे भी गिण जावे। उन्हें कहा चलो पुत्र किसे गल ते टक तां लगा ही आ। लो जी बादशाह ने शहर में ऐलान कराते डौंडियां फेर दित्तियां भी मेरी लड़की ने शादी उहदे नाल करवानी आ जिहड़ा उहदी मर्जी दे भी गिण जावे, मेरे वर्गे भी जाण। वह पांच सत्त छित्तर मार के पिछे नूं दुड़की लुआ दे, उत्थे कोई ना पुछे निहाला किहड़ी दा फुफड़िया। उस तरह वह पिछे नूं दुड़की लुआ दे, एक बहुत पढ़िया आ उहदे यार दोस्त कहिंदे सुण तां तेरा इन्ना पढ़िया की बणाउंदा? कहिंदा उह क्यों, उह इत्थे भी गिणने बेचारी बैठी आ। कहिंदा मैं तां लखां करोड़ां तां गिणना ना, फिर मामा जांदा क्यों नहीं? ਉਹ ਦੌਰ ਸੀਗਾ ਸਿਰ ਤੇ ਉਹਨੇ ਪੱਗ ਬੰਨ੍ਹੀ ਮੋਢਿਆਂ ਤੇ ਰੁਮਾਲ ਹੋ ਕੇ ਘੋੜੀ ਦਾ ਸਵਾਰ ਕਰਦਾ ਮਾਰੋ ਮਾਰ ਉਸੇ ਤਰ੍ਹਾਂ ਤੁਰਿਆ ਜਾਂਦਾ, ਅੱਗੇ ਗੱਜਾਂ ਜਾਲੀ ਭੇਡਾਂ ਚਾਰਦਾ ਸੀ। ਆ ਵੀ ਤੁਸੀਂ ਗੱਲ ਸੋਚੀ ਆ ਵੀ ਮਾਵਾਂ ਭੈਣਾਂ ਤਾਂ ਗੰਦੀਆਂ ਗੱਜੀਆਂ ਨਹੀਂ ਹੁੰਦੀਆਂ, ਇਹ ਬੰਦਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਇਹਨਾਂ ਦੇ ਸਿਰ ਘੁੱਗੀ ਅਰਗੇ। ਦੇਖ ਲਓ ਇਹ ਵੀ ਦੌਰ ਆ ਗਿਆ ਅਤੇ ਉਸੇ ਵੇ ਉਹ ਗੱਜਾਂ ਜਾਲੀ ਭੇਡਾਂ ਚਾਰਦਾ ਸੀਗਾ। ਉਹਨੂੰ ਕਹਿੰਦਾ ਭਾਈ ਕਿੱਥੇ ਚੱਲਿਆ? ਉਹ ਕਹਿੰਦਾ ਚਲੋ ਬਹਨ ਚੋਤ ਜਾਲੀ ਪਾਲੀ ਕੈਸੇ ਹੋਤੇ ਹੈ। ਕਹਿੰਦਾ ਮਾਮੇ ਖਾਂ ਆ ਜਿਹੜੀ ਚੀਜ਼ ਕੋ ਮੀਚ ਕੋ ਬੋਲਦੀ ਤੇਰੇ ਅਰਗੇ ਤਾਂ ਵੀ ਛਿੱਤਰ ਖਾ ਕੇ ਆਏ ਆ। ਉਹਨੇ ਉਹਦੀ ਗੱਲ ਹੀ ਨਹੀਂ ਸੁਣੀ, ਉਹ ਚਲੇ ਗਿਆ ਰਾਣੀ ਦੇ ਮਹੱਲਾਂ ਥੱਲੇ ਜਾ ਕੇ। ਇੱਕ ਰਾਣੀ ਨੇ ਨਗਾਰਾ ਰੱਖਿਆ ਹੁੰਦਾ ਸੀਗਾ, ਜਿਸ ਬੰਦੇ ਨੇ ਵੀ ਗਿਣ ਜਾਣਾ ਨਗਾਰੇ 'ਤੇ ਡਗਿਆਂ ਨਾਲ ਚੋਟਾਂ ਲਾ ਦੇਣੀਆਂ ਅਤੇ ਰਾਣੀ ਨੂੰ ਪਤਾ ਲੱਗ ਜਾਣਾ ਵੀ ਕੋ ਆ ਗਿਆ ਸ਼ਿਕਾਰੀ। ਲਓ ਜੀ ਜਦੋਂ ਉਹ ਘੋੜੀ ਤੋਂ ਪੁੰਜੇ ਉਤਰਿਆ ਅਗਾੜੀ ਪਛਾੜੀ ਲਾਤੀ ਕਿੱਲੇ ਜਿੱਥੇ ਠੋਕ ਚੱਕ ਡਗੇ ਡਗੇ ਉਸੀ ਤਰ੍ਹਾਂ ਉਸ ਨਗਾਰੇ 'ਤੇ ਦੋ ਚੋਟਾਂ ਮਾਰੀਆਂ ਅਤੇ ਰਾਣੀ ਕਹਿੰਦੀ ਗੋਲੀਏ ਦੇਖਦਾ ਆ ਕੌਣ ਆ? ਜਦੋਂ ਗੋਲੀ ਨੇ ਮਹੱਲਾ ਤੋਂ ਛਾਂ ਨੂੰ ਦੇਖਿਆ ਕਹਿੰਦੀ ਬੀਬੀ ਇਹ ਤਾਂ ਕੋਈ ਬਾਦਸ਼ਾਹ ਦਾ ਪੁੱਤਰ ਲੱਗਦਾ। ਕਹਿੰਦੀ ਜਾ ਇਹਨੂੰ ਵੀ ਲੈ ਕੇ ਆ। ਲਓ ਜੀ ਜਦੋਂ ਉਹਨੇ ਉਸੇ ਵੇਲੇ ਉਹਨੂੰ ਗੋਲੀ ਫੜ ਕੇ ਲੈ ਗਏ, ਉਹ ਪੁੱਛਣ ਲੱਗੀ ਰਾਣੀ ਕਹਿੰਦੀ ਬਾਦਸ਼ਾਹ ਦੇ ਲੜਕੇ ਤੁਮ ਆਏ ਹੋ? ਕਹਿੰਦਾ ਵੀਹ ਸਕਿੰਨੇ ਕੇ ਵਾਸਤੇ? ਕਹਿੰਦੀ ਬੈਠ ਜਾ। ਲੈ ਲਿਆ ਸਵਾ ਹੱਥ ਚੰਮ ਦਾ ਤਲਾ, ਆਪ ਉੱਚੀ ਜਗ੍ਹਾ 'ਤੇ ਬੈਠ ਗਈ, ਉਹਨੂੰ ਨੀਵੀਂ ਜਗ੍ਹਾ 'ਤੇ ਬਿਠਾ ਦਿੱਤਾ। ਕਹਿਣ ਲੱਗੀ ਬਾਦਸ਼ਾਹ ਦੇ ਲੜਕੇ ਕਹੋ ਇੱਕ? ਕਹਿੰਦਾ ਇੱਕ ਦਾ ਨਾਂ ਕੀ? ਮੈਂ ਤਾਂ ਉਰਦੂ ਅੰਗਰੇਜ਼ੀ ਫਾਰਸੀ ਜਿੱਥੇ ਤੱਕ ਤੇਰੀ ਮਰਜ਼ੀ ਗਿਣਾ ਲਾ, ਵੀ ਤੂੰ ਇੱਕ ਤਾਂ ਕਹਿ। ਕਹਿੰਦਾ ਇੱਕ ਦੋ ਤੀਨ ਚਾਰ ਪੰਜ ਛੇ ਸੱਤ ਵਨ ਟੂ ਥ੍ਰੀ ਜਦ ਨੂੰ ਕੌਣ ਕੌਣ ਛਿੱਤਰ ਲੱਗ ਗਿਆ ਪੈਣ ਭੱਜ ਪਿਆ। ਉੱਥੇ ਹੀ ਟੋਪੀ ਰਹਿ ਗਈ, ਉੱਥੇ ਹੀ ਰੁਮਾਲ ਰਹਿ ਗਿਆ। ਆਉਂਦੇ ਨੇ ਘੋੜੀ ਨੂੰ ਅੱਡੀ ਲਾਤੀ, ਨਾਲ ਹੀ ਉਸੇ ਘੋੜੀ ਦੀ ਪਛਾੜੀ ਦਾ ਕਿੱਲਾ ਵੀ ਪੁੱਟਿਆ ਗਿਆ। ਘੋੜੀ ਬੇਤਹਾਸ਼ਾ ਬਾਹਰ ਨੂੰ ਵੱਜੀ ਜਾਵੇ ਤੇ ਕਿੱਲਾ ਮੋਹਰਾਂ ਪਿੱਛੇ ਮੁਲਾਕਾਤ ਕਰਦਾ ਹੋਵੇ। ਗੰਜਾ ਜਾਲੀ ਅੱਗੇ ਸੀਗਾ, ਉਹ ਕਹਿਣ ਲੱਗਾ ਕਿਉਂ ਬਈ ਡੋਲਾ ਕਿੱਥੇ ਕਹਾਉਂਦਾ? ਉਹਨੂੰ ਕਹਿੰਦਾ ਯਾਰ ਤੂੰ ਇਸ ਪਿੰਡ ਦਾ ਪਾਲੀਆ, ਮੈਨੂੰ ਇਹ ਦੱਸ ਇਹਨੇ ਪਿੰਡ ਦੀ ਸੜਕ ਟਪਾ ਕੇ ਮੁੜਨਾ? ਉਹ ਕਹਿੰਦਾ ਮਾਮੇ ਖਾਂ ਹਾਂ ਘੋੜੀ ਦੀ ਪਛਾੜੀ ਦਾ ਕਿੱਲਾ ਠੁੱਕਦਾ, ਹੋਰ ਤੈਨੂੰ ਸਾਲੀਆਂ ਨਹੀਂ ਉਹ ਵਿਦਿਆ ਕਰਨ ਆਈਆਂ, ਹੁਣ ਤੂੰ ਵੀ ਮੇਰੇ ਵਾਂਗ ਬੋਲਦਾ, ਉਹ ਤੇਰੀ ਅਗਲੀ ਚੀਜ਼ ਕੋ ਮੀਚ ਕੋ? ਕਹਿੰਦਾ ਯਾਰ ਆ ਦੇਖ ਮੈਨੂੰ ਨਹੀਂ ਸੀ ਪਤਾ। ਲੈ ਜੀ ਗੰਜੇ ਨੇ ਕਿਹਾ, ਗੰਜੇ ਦੇ ਦਿਲ ਵਿੱਚ ਆਇਆ ਭਾਈ ਜਿਹੜਾ ਜਾਂਦਾ ਵੀਹ ਗਿਣ ਉਹਦੇ ਜੁੱਤੀਆਂ ਮਾਰਦੀ ਆ, ਪਤਾ ਨਹੀਂ ਇਹਨਾਂ ਨੂੰ ਵੀਹ ਨਹੀਂ ਗਿਣਦੇ ਆਉਂਦੇ। ਕਹਿੰਦਾ ਜਵਾਨਾਂ ਮੇਰੀਆਂ ਭੇਡਾਂ ਸਾਂਭੀ ਜਰਾ, ਜਾਂ ਮੈਂ ਤੇਰੇ ਕੱਪੜੇ ਲਿਆ ਜਾਂ ਮੈਂ ਵੀ ਗੰਜੇ ਸਿਰ ਦਾ ਨਾਸ ਕਰਾ ਕੇ ਆ ਗਿਆ। ਲਓ ਜੀ ਉਹਨੂੰ ਉੱਥੇ ਛੱਡਿਆ। ਗੰਜੇ ਜਾਲੀ ਨੇ ਸੋਚਿਆ ਵੀ ਜੇ ਭੱਜਣਾ ਪੈ ਗਿਆ ਸਾਹ ਚੜ ਜਾਣਾ। ਉਹਨੇ ਕਿਹਾ ਘਰ ਵੱਲ ਦੀ ਹੋ ਚੱਲੀਏ, ਦੋ ਪਿਆਲੇ ਲੱਸੀ ਦੇ ਪੀ ਚੱਲੀਏ। ਅਤੇ ਉਹਨੇ ਆ ਕੇ ਜਦੋਂ ਚਾਟੀ ਖੜਕਾਈ ਉਹਦੀ ਅੱਖਾਂ ਤੋਂ ਅੰਨੀ ਮਾਂ ਸੀਗੀ। ਉਹਨੇ ਜਦੋਂ ਗੰਜੇ ਜਾਲੀ ਨੇ ਆ ਕੇ ਚਾਟੀ ਖੜਕਾਈ ਉਹਦੀ ਮਾਂ ਕਹਿੰਦੀ ਕੌਣ ਹੈ ਬਈ ਚਾਟੀ ਖੜਕਾਉਂਦਾ? ਕਹਿੰਦਾ ਮਾਂ ਮੈਂ ਗੱਜਾ, ਵੇ ਨਵਾਣਿਆ, ਵੇ ਕੋੜੀਆ, ਵੇ ਤੇਰੀਆਂ ਭੇਡਾਂ। ਕਹਿੰਦਾ ਝੱਲੀ ਹੋਈ ਫਿਰਦੀਆਂ ਸਾਡੀਆਂ ਭੇਡਾਂ ਜੀ ਬਾਦਸ਼ਾਹਾਂ ਦੇ ਪੁੱਤਰ ਚਾਰਦੇ ਫਿਰਦੇ। ਕਹਿੰਦੀ ਵੀ ਅੰਨੀ ਮਾਨ ਮਖੌਲ ਕਰਦਾ,
बादशाह दे पुत्र तेरिया भेडा चार कहता बुढ़िए एवें ना बोल एक पर दुका यार रह गई कली दी कली ने कर दिता गंजे ने तिका जा कहता तिन बन गया जा कली रहेगी वह कहती कितने चलिया वह कह लगा भी गिण वे कोड़िया वह तो मार दी आ कहता उन्होंने मार दी जिन्होंने गिलने नहीं आते लो जी लस्सी पी ली ढांगा हाथ फड़ लिया उस वेले मोढ़िया तो भूरा सिटिया चले गया राणी दे उसी तरह वो जिथे नगारा पिया जदों राणी दे महला दे कोल गया उन्हें जनाब ढांगे ना टंक नू बढ़न लग गया उन्हें क्या एदी तां अड़ख मकावां पहलां एदी तां अड़ख मकावां जदों खड़का ही होर तरह का होया राणी कहती गोलीए देखता आ कौन आ जदों गोली ने ठाह नू देखिया कहती बीबी ये तां गंजा जाली जिहड़ा भेडां चारदा हुंदा कहती जा उस उल्लू दे पट्ठे नू मना कर जदों गोली ने हथ पाया कहिंदा पिछे हट जा हुण तो कम सुध पिया तदे ही तुर तक पैंदा जाणा उन्हें भी फड़ के लै गए राणी पुछण लगी वे गंजा तू की लैन आया कहिंदा लोकी की लैन आउंदे आ वे नवाणिया उह तां आउंदे आ भई 20 गिण के राणी दा डोलिया लियाईए कहिंदा मैनूं भुल्ले होया कहिंदी जा चले जा साडे पिंड दा पालियां मार मार के छित्तर थले गंजे सिर च गलियां कर दे कहिंदा एवें ना बोल जे तां 20 ना गिणने आए तां गलियां कीतियां बगैर तूं ना छड्डी जे मैं 20 गिण गया मैं गुत्तों फड़ के खिचनी लो जी रोह च आ गई गुस्से च आ गई भी होवे पिंड दा पाली भेडां चारन वाला बाबे बादशाह जादी दी गुत्त नूं हथ डाक के पीड़ा लैके सवा हथ चंबदा ताला बैठ गया गंजा सोचदा भी आप उच्ची जगह ते बैठी आ सिर ते अगे कोई बाल नहीं मैनू नीवें थां बिठालदी आ जे कुछ सिर च मार दिता कि सिर दी सट बड़ी भैड़ी हुंदी आ उहदे कोल जिहड़ा कंबल सीगा दो चार किट्टां पईआं सीआं वह थले रख लिया डूढ़ गिठ उच्चा होके बह गया कहती कहो गंजिया एक कहते ठहर जा जेड़ा रोज आता एक एक मैनु भी गल दस दे वो कहती वे केड़ी कहता राणिए जोड़ा जोड़ा अल्लाह की जात ने कुल चीज़ों का बनाया ये जड़ी इंसान दे विच अकल आ अकल जनानी आ मैनू अकल का मालिक दस दे कौन है राणी लग गई सोच कहती वे गंजिया मैनू नहीं पता तू यों दस दे गंजे ने पूछया जिन भी ना गिणने आन वो किनिया जुत्तियां मार दियां कहती भजते दौड़ते तो 15 पूरियां कर दियां फिर कहिंदा 15 चो 5 छड़ दे गंजे ने कहा 10 रह जाणियां 8 खाणियां 9वीं नूं मारन देणी महला तों बाहर हो जांगे लो जी लिखा लईआं कहिंदी कहो वे गंजे हुण इस गल का मतलब दस कहिंदा राणीए अकल का मालिक गुस्सा अकल का मालिक गुस्सा कहती भी वह किमें कहता जो लोगों गुस्सा आता कुहाड़ियाँ फड़ लेंदे असला फड़ लेंदे बंदूक चुक लेंदे कई ने मर जाना किसी की लत किसी की बांह जो तो चलान हो जाना मुकदमा चल पैना नाले तो पेश ही गया ने कचहरियाँ गोडिया तो देख के हाथ उठना नाले कहना जान दे यार इस सियापे पता हों ना ही छेड़ दे कहती वाह वे वाह गंजा ठीक है कहो वे गंजा एक कहता एक गल होर रही है कहती वे कि जी शर्म आ शर्म भी जनानी आ मैनू शर्म का मालिक दस दे ये कहती मैं जानती हाँ कहता की कहती हया है ये तो यदा भरा आ एक अगले शर्म एक हया तो डुब के ही मर गया मैं तेरे को मालिक पुछदा कहती मैनू नहीं पता फिर 5 जुत्तियां होर छड़ दे गंजे ने कहा भी रह गई 5 2 खाणियां तीसरी खाणी नहीं जे ना 20 गिणे गए तो महला तो बहर हो जाएंगे कहता राणीए शर्म का मालिक इश्क शर्म का मालिक इश्क कहती भी वह किमें कहता एहो ही अखा हुंदियां जदों किसे दी औरत बैठी हुंदी आ एहो ही अखा भैन मोहरे हुंदियां एहो ही अखा भैन मोहरे हुंदियां ते जदों बंदे दे अखा च शर्म आउंदी ते इश्क दूर हो जांदा राणी तां मुड़ मुड़ के उत्थे लै के आउंदी आ कहती कहो वे गंजिया इक कहिंदा इदां नहीं कल्ला करके 100 तक भावां पुछी जा कहिंदी इक तक है कहिंदा इक नाम उस रब दा कहो वे गंजिया 2 कहिंदा चंद ते सूरज कहो वे गंजिया 3 कौल नबी दे कहो वे गंजिया 4 यार रसूल दे कहो वे गंजिया 5 तन पाक जिन्हां दी खातर कुल पसारा होया कहो वे गंजिया 6 कहिंदा 6 कलमे निकाह दे हुण जिहड़े तेरे ते चलणे तां राणी दी कौड़ी हिल गई भी आ की लगा बण कहो वे गंजिया 6 कहिंदा 6 कलमे निकाह दे कहो वे गंजिया 7 सत गया कहता उस वेले कहो वे गंजिया 7 कहता 7 दरवाजे दोष के दे
ਕੋਵੇ ਗੱਜਿਆ ਅੱਠ ਅੱਠ ਦਰਵਾਜ਼ੇ ਵਿਹਿਸ਼ ਦੇ ਕੋਵੇ ਗੱਜਿਆ ਨੌ ਕਹਿੰਦਾ ਨੌ ਹੁੰਦੀਆਂ ਦੇ ਨਰਾਤੇ ਦਸਵਾਂ ਦਸਹਿਰਾ ਅੱਧ ਲੈ ਲਿਆ ਚੱਲ ਤਾਂ ਤੂੰ ਚੱਲ ਜਿੱਥੇ ਤੇ ਤੇਰੀ ਮਰਜ਼ੀ ਰਾਣੀ ਨੂੰ ਤਾਂ ਫਿਕਰ ਪੈਂਦਾ ਜਾਂਦਾ ਵੇ ਗੱਜਿਆ ਭੁੱਲ ਜਾ ਕਹਿੰਦਾ ਸਵਾ ਹੱਥ ਜੁੱਤੀ ਤੋਂ ਡਰ ਲੱਗਦਾ ਕੋਵੇ ਗੱਜਿਆ ਗਿਆਰਾਂ ਕਹਿੰਦਾ ਗਿਆਰਵੀਂ ਵਾਲੇ ਪੀਰ ਜਨਾਬ ਦਸਤਗੀਰ ਕੋਵੇ ਗੱਜਿਆ ਬਾਰਾਂ ਕਹਿੰਦਾ ਬਾਰਾਂ ਸਾਲ ਦੇ ਮਹੀਨੇ ਕੋਵੇ ਗੱਜਿਆ ਤੇਰਾਂ ਤੇਰਾਂ ਤੇਜ਼ੀਆਂ ਕੋਵੇ ਗੱਜਿਆ ਚੌਦਾਂ ਚੌਦਾਂ ਤਬਕ ਸਮੀਨ ਸਮਾਨ ਦੇ ਕੋਵੇ ਗੱਜਿਆ ਪੰਦਰਾਂ ਕਹਿੰਦਾ ਹਿੰਦੂਆਂ ਦੇ ਸ਼ਰਾਧ ਪੱਖ ਦੇ ਹੁੰਦੇ ਆ ਸਿਆਣਿਆਂ ਨੂੰ ਪਤਾ ਹਿੰਦੂਆਂ ਦੇ ਸ਼ਰਾਧ ਪੱਖ ਦੇ ਹੁੰਦੇ ਆ ਕੋਵੇ ਗੱਜਿਆ ਸੋਲ੍ਹਾਂ ਕਹਿੰਦਾ ਸੋਲ੍ਹਾਂ ਕਲਸ਼ ਪੂਰਨ ਦੇ ਕ੍ਰਿਸ਼ਨ ਪੈਦਾ ਹੋਇਆ ਕੋਵੇ ਗੱਜਿਆ ਸਤਾਰਾਂ ਕਹਿੰਦਾ ਸਤਾਰਾਂ ਰਕਾਤਾਂ ਨਮਾਜ਼ ਇਸ਼ਾ ਦੀਆਂ ਕੋਵੇ ਗੱਜਿਆ ਅਠਾਰਾਂ ਅਠਾਰਾਂ ਬੇਟੇ ਸ਼ਾਹ ਅਲੀ ਦੇ ਕਹਿੰਦੀ ਕੋਵੇ ਗੱਜਿਆ ਉੱਨੀ ਕੋਵੇ ਗੱਜਿਆ ਉੱਨੀ ਕਹਿੰਦਾ ਰਾਣੀਏ ਤਿਆਰੀ ਫੜ ਲਾ ਮੁੱਖ ਚੱਲੇ ਵੇ ਕੋੜੀਆ ਹਜੇ ਤਾਂ ਦੋ ਰਹਿੰਦੇ ਆ ਕਹਿੰਦਾ ਉੱਨਵੀਂ ਤੂੰ ਵੀਹਵਾਂ ਮੈਂ ਇੱਕੀਵਾਂ ਮੇਰਾ ਟਾਂਗਾ ਬਾਈਵਾਂ ਤੇਰਾ ਪਤੰਦਰ ਭੇਡਾਂ ਚਾਰਦਾ ਗੁੱਤ ਤੋਂ ਫੜ ਕੇ ਖਿੱਚ ਲਈ ਚੱਲਦਾ ਬਾਰਾਂ ਚ ਭੇਡਾਂ ਚਾਰੀਏ ਕਿਹੜੇ ਜਵਾਬ ਕਰਕੇ ਲੈ ਗਿਆ ਜਾਂਦੀ ਉਹ ਮਾਰਦੀ ਨਾਰੇ ਕੀ ਹਾਏ ਰੱਬਾ ਸੋਹਣਿਆ ਨੂੰ ਚੇਤੀ
जो तो सच